ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਸੋਹਣਾ ਪੰਜਾਬ ਟੀਵੀ। ਸਭ ਤੋਂ ਪਹਿਲੇ ਸਾਡੇ ਚੈਨਲ ਕਰੋ ਸਬਸਕ੍ਰਾਈਬ, ਬੈਲ ਆਈਕੋਨ ਦਾ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੋਸਤੋ, ਅੱਜ ਅਸੀਂ ਤੁਹਾਡੇ ਪਾਸ ਜਿਹੜਾ ਨਾ ਦੋ ਗਾਵਾਂ ਦੀ ਵੀਡੀਓ ਲੈ ਕੇ ਆਏ ਹਾਂ। ਆਹ ਮੇਰਾ ਕੈਮਰਾਮੈਨ ਜਿਹੜਾ ਤੁਹਾਨੂੰ ਗਾਵਾਂ ਵਹਾਂਦਾ, ਉਸ ਤੋਂ ਬਾਅਦ ਜਿਹੜਾ ਮਾਲਕ ਨਾਲ ਗੱਲ ਕਰਾਂਗੇ। ਕੈਮਰਾਮੈਨ ਸਾਹਿਬ ਜਿਹੜਾ ਨਾ, ਪਹਿਲੇ ਆਹ ਗਾਂ ਵਹਾ। ਦੋਸਤੋ, ਇਹ ਜਿਹੜਾ ਨਾ ਦੂਸਰਾ ਸੂਆ ਸੂਈ ਗਾਂ ਤੇ ਕੋਨੀ ਹੈ ਡੱਬੇ ਰੰਗ ਦੀ ਜਨਾਬ, ਤੇ ਤਸੱਲੀ ਨਾਲ ਜਿਹੜਾ ਕੈਮਰਾਮੈਨ ਛੱਡਣਾ ਇੱਕ ਇੱਕ ਚੀਜ਼ ਜਿਹੜੀ ਆਵਾਨਾ ਹਰ ਚੀਜ਼। ਦੋਸਤੋ, ਦੇਖ ਸਕਦੇ ਜੇ ਮੁੱਠ ਭਰ ਥਣ ਨੇ, ਕਾਲੇ ਥਣ ਨੇ, ਆਵਾਨਾ ਨੇ ਜਿਵੇਂ ਟੁੱਟ ਜਾਂਦੀ, ਬਸ ਠੀਕ ਹੋ ਗਿਆ। ਤਸੱਲੀ ਨਾਲ ਜਿਹੜਾ ਵਹਾ ਲਿਆ ਅਗਲੀ ਸਾਈਡ। ਇਹ ਵੀ ਦੋਸਤੋ ਸੂਈ ਹੋਈ ਹੈ, ਬਾਅਦ ਦੇ ਵਿੱਚ ਜਿਹੜਾ ਨਾ ਤੁਹਾਨੂੰ ਇਹਨਾਂ ਦੇ ਬੱਚੇ ਵਹਾਉਣੇ, ਇੱਕ ਵਾਰ ਦੂਸਰੀ ਗਾਂ ਵਹਾ ਲਈਏ, ਕੈਮਰਾਮੈਨ ਸਾਹਿਬ ਦੂਸਰੀ ਗਾਂ ਵਹਾ ਲਈਏ। ਦੋਸਤੋ ਦੇਖ ਸਕਦੇ ਜੇ ਪਹਿਲਾ ਸੂਆ ਸੂਈ ਹੈ, ਵਹਿੜ ਪਹਿਲਣ ਵਹਿੜ ਹੈ, ਐਵਾਨਾ ਮਾਸ਼ਾਅੱਲਾ ਦੇਖ ਸਕਦੇ ਜੇ, ਵੱਡੀਆਂ ਗਾਵਾਂ ਜਿਹਨਾਂ ਵਾਨਾ ਹੈ ਤਾਂ ਦਰਮਿਆਨੀ ਜੀ ਆਪ ਤਾਂ, ਤੇ ਮਾੜੀਆਂ ਮਾੜੀਆਂ ਸਿੰਗੀਆਂ ਨੇ ਕੋਨੀ ਹੈ, ਤਸੱਲੀ ਨਾਲ ਵਹਾ ਦੇ। ਤੇ ਮੂੰਹ ਇਹ ਚੌਗੀ ਦੁੱਧ ਦੀ, ਮੂੰਹ ਇੰਜ ਫੜ ਕੇ ਖਾਵਣ ਚੌਗੀ ਚੌਗੀ ਜਨਾਬ, ਮੂੰਹ ਵੀ ਮੂੰਹ ਵਹਿੜ ਜਿਹੜੀ ਨਾ ਚੌਗੀ ਹੈ, ਤੇ ਮੁੱਠ ਮੁੱਠ ਦਾ ਥਣ ਹੈ। ਆਹ ਮੇਰਾ ਕੈਮਰਾਮੈਨ ਜਿਹੜਾ ਤੁਹਾਨੂੰ ਵਿਖਾ ਦਿੰਦਾ ਤਸੱਲੀ ਨਾਲ, ਬਾਕੀ ਥੋੜ੍ਹੀ ਜਿਹੀ ਪਾਲੇ, ਬਿਲਕੁਲ ਥਣ ਜਿਹੜਾ ਨਾ ਮੁੱਠ ਮੁੱਠ ਦਾ ਹੀ ਹੈ, ਹਰ ਪਾਸੋਂ ਸੋਹਣੀ ਖੂਬਸੂਰਤ ਹੈਗੀ ਹੈ, ਕਾਲੇ ਸਿਆਹ ਰੰਗ 'ਚ ਵਾਨਾ ਤਸੱਲੀ ਨਾਲ ਵਿਖਾ ਤਾ ਨਾ, ਠੀਕ ਹੋ ਗਿਆ। ਅਤੇ ਬਾਕੀ ਜਿਹੜਾ ਨਹੀਂ ਹੋਣੇ ਦੇ ਸਾਨੂੰ ਜਿਹੜਾ ਨਾ ਬੱਚੇ ਵਿਖਾ ਦਿੰਦੇ ਹਾਂ, ਚਲੋ ਬੱਚੇ ਵਿਖਾ ਦਿੰਦੇ। ਹਲਦਾਲੀ ਗਾਂ 2,20,000 ਤੋਂ ਪੁੱਛੀ ਇਹਨਾਂ ਨੇ ਸਚਾਈ। ਦੋਸਤੋ, ਇਹ ਜਿਹੜੀ ਕਾਲੇ ਰੰਗ ਦੀ ਪਹਿਲਾ ਸੂਆ ਸੂਈ ਵਹਿੜ, ਇਹ ਉਹਦਾ ਵੱਛਾ ਹੈ ਜੀ, ਅਤੇ ਨਾਲ ਹੀ ਜਨਾਬ ਜਿਹੜਾ ਨਾ ਦੂਸਰੇ ਸੂਬੇ ਵਾਲੀ ਗਾਂ ਦਾ ਜਿਹੜਾ ਨਾ ਵੱਛਾ ਬੈਠਾ, ਉਹਦੇ ਮਗਰ ਵੀ ਵੱਛਾ ਹੀ ਹੈ। ਇਹ ਪਹਿਲੇ ਸੂਬੇ ਵਾਲੀ ਦਾ ਵੱਛਾ ਛੋਟਾ, ਇਹ ਜਿਹੜਾ ਵੱਡਾ ਵੱਛਾ ਬੈਠਾ ਜਨਾਬ, ਇਹ ਵੀ ਡੱਬੇ ਰੰਗ ਦਾ ਹੀ ਹੈ, ਇਹ ਦੂਸਰੇ ਸੂਬੇ ਵਾਲੀ ਦਾ। ਬਾਕੀ ਮਾਲਕ ਨਾਲ ਗੱਲ ਕਰ ਲੈਂਦੇ ਕਿ ਕਿੰਨਾ ਦੁੱਧ ਦੇ ਰਹੀਆਂ ਨੇ, ਕਿੰਨੇ ਦਿਨ ਹੋ ਗਏ ਸੂਈਆਂ ਨੂੰ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅੱਛਾ ਜੀ, ਪਹਿਲੇ ਤਾਂ ਛੋਟਾ ਬੱਚੇ ਵਾਲੀ ਜਿਹੜੀ ਆ ਕਾਲੀ ਵਹਿੜ, ਇਹਨੂੰ ਕਿੰਨੇ ਦਿਨ ਹੋ ਗਿਆ ਸੂਈ ਨੂੰ? ਇਹਨੂੰ ਦੂਸਰਾ ਡੰਗ ਹੋ ਗਿਆ ਜੀ। ਦੂਸਰਾ ਡੰਗ ਹੋ ਗਿਆ, ਕਿੰਨਾ ਦੁੱਧ ਦੇ ਰਹੀ ਹੈ ਇਸ ਟਾਈਮ ਬੋਲਾ? 7 ਕਿਲੋ ਟਾਈਮ ਦਾ ਬੋਲਾ ਜੀ। 7 ਕਿਲੋ ਟਾਈਮ ਦਾ ਬੋਲਾ ਹੈਗਾ? ਹਾਂਜੀ। 14 ਕਿਲੋ ਦਾ ਮਤਲਬ ਆਪਾਂ ਮਨਾ ਕੇ ਦੇਣਾ, ਅਗਰ ਮਨਾ ਕੇ ਠੀਕ ਹੋ ਗਿਆ। ਇਹਦੀ ਮੁਨਾਸਬ ਦੀ ਕੀਮਤ ਦੱਸ ਦੇਣਾ। ਮੁਨਾਸਬ ਕੀਮਤ ਇਹਦੀ 1,75,000 ਰੁਪਏ। 1,75,000, ਕੋਈ ਪਿਆਰ ਮੁਹੱਬਤ ਦੇ ਜੋਵੇਗਾ? ਹਾਂਜੀ, ਹੋ ਜਾਵੇਗਾ। ਠੀਕ ਹੋ ਗਿਆ। ਦੋਸਤੋ ਕਹਿ ਰਹੇ ਨੇ 1,75,000 ਇਹਦੀ ਕੀਮਤ ਹੈ, 7 ਕਿਲੋ ਇੱਕ ਟਾਈਮ ਦਾ ਜਿਹੜਾ ਬੋਲਾ, 2 ਟਾਈਮ ਦਾ 14 ਕਿਲੋ ਹੈ, ਪਿਆਰ ਮੁਹੱਬਤ ਇਹਦੇ 'ਚ ਹੋ ਜਾਏਗਾ। 1,75,000 ਇਹਦੀ ਕੀਮਤ ਹੈ। ਇਹ ਜਨਾਬ ਜਿਹੜਾ ਵੱਡੀ ਗਾਂ ਹੈ ਜਿਹਨੇ ਮਗਰ, ਇਹ ਵੱਡਾ ਬੱਚਾ ਹੈ, ਇਹਦੀ ਜਿਹੜਾ ਕਿੰਨਾ ਦੁੱਧ ਦੇ ਰਹੀ ਜਨਾਬ 2 ਟਾਈਮ ਦਾ? ਦੁੱਧ ਗਾਂ ਤੋਂ ਲਿਆ ਗਾ ਚੱਕਸਾਂ ਨੇ 2 ਕਿਲੋ, ਚੱਕਸਾਂ ਨੇ 2 ਕਿਲੋ ਦੁੱਧ 2 ਟਾਈਮ ਦਾ ਬਣਾ ਦਿੱਤਾ। ਠੀਕ ਹੋ ਗਿਆ ਜਨਾਬ, 2 ਚੋਲਾ 2 ਟਾਈਮ ਚੋਲਾ। ਠੀਕ ਹੋ ਗਿਆ ਜਨਾਬ, ਜਿਹੜਾ ਨਾ 2 ਕਿਲੋ ਦੁੱਧ ਕਹਿ ਰਹੇ ਨੇ ਗਰਮ ਚੱਕਸਾਂ ਨੇ, ਤੇ 20 ਕਿਲੋ ਦੁੱਧ ਕਹਿ ਰਹੇ ਨੇ ਕਿ ਚਵਾ ਕੇ ਦੇਵਾਂਗੇ, ਤੇ ਇਹਦੀ ਕੀਮਤ ਕਿੰਨੀ ਜਨਾਬ? ਇਹਦਾ 2,25,000। ਕੋਈ ਇਹਦੇ 'ਚ ਪਿਆਰ ਮੁਹੱਬਤ ਹੋ ਜਾਏਗਾ? 2,00,000 ਜਨਾਬ, 25,000 ਦੀ ਕੀਮਤ ਹੈ, ਪਿਆਰ ਮੁਹੱਬਤ ਕਹਿ ਰਹੇ ਨੇ ਹੋ ਜਾਏਗਾ। ਅਗਰ ਕਿਸੇ ਮੇਰੇ ਭਰਾ ਨੂੰ ਪਸੰਦ ਆ ਜਾਣੇ, ਸਾਡਾ ਰਾਬਤਾ ਕਰ ਸਕਦਾ 0307-65-650 ਸਾਡਾ ਰਾਬਤਾ ਨੰਬਰ ਹੈ ਜੀ। ਉਮੀਦ ਹੈ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਖੁਦਾ ਹਾਫਿਜ਼।